ਕੀੜੀ ਪੰਜਾਬੀ ਦੇ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਤੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਰੀਮਾ ਖਬਰਾਂ ਜੋ ਸੀ ਪੜਦੇ ਆਂ ਦੇਖਦੇ ਆਂ ਸੁਣਦੇ ਆਂ ਇਹਨਾਂ ਖਬਰਾਂ ਦੇ ਪਿੱਛੇ ਕਈ ਤੱਥ ਲੁਕੇ ਹੁੰਦੇ ਨੇ ਇਨਾਹੀ ਤੱਥਾਂ ਦੀ ਸਮੀਖਿਆ ਕਰਦੇ ਰੇ ਸਾਡੇ ਪੱਤਰਕਾਰ ਹੀ ਦੇ ਖੇਤਰ ਦੇ ਨਾਲ ਜੁੜੇ ਹੋਏ ਮਾਹਰ ਮਹਿਮਾਨ ਤੇ ਅੱਜ ਜਿਹੜੇ ਮਾਹਰ ਮਹਿਮਾਨ ਸਾਡੀ ਸਟੂਡੀਓ ਚ ਪਹੁੰਚੇ ਨੇ ਉਹ ਨੇ ਡਾਕਟਰ ਕਮਲੇਸ਼ ਦੁਗਲ ਜੀ ਆਓ ਕਰਦੇ ਆਂ ਅਨ ਦਾ ਸਵਾਗਤ ਦੁਗਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਅ ਖਬਰ ਰਵਾਲ ਰੱਖ ਕਰਦੇ ਆਂ ਜਿਸ ਜਿਹੜੀ ਖਬਰ ਨੇ ਆਪਣਾ ਧਿਆਨ ਸਾਡੇ ਵੱਲ ਖਿੱਚਿਆ ਉਹ ਹੈ ਜੀ ਕਰੋਨਾ ਦੇ ਨਾਲ ਸੰਬੰਧਿਤ ਕਰੋਨਾ ਦੀ ਗੱਲ ਕਰੀਏ ਤੇ ਦੁਗਲ ਸਾਹਿਬ ਇੱਕ ਚੰਗੀ ਖਬਰ ਹੈ ਇੱਕ ਸੁਖਾਵੀ ਖਬਰ ਹੈ ਕਿ ਹੁਣ 24 ਘੰਟੇ ਸੱਤੇ ਦਿਨ ਕਰੋਨਾ ਦਾ ਟੀਕਾ ਲੱਗੇਗਾ ਔਰ ਨਿੱਜੀ ਹਸਪਤਾਲਾਂ ਦੇ ਵਿੱਚ ਵੀ ਲੱਗੇਗਾ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਪੇਸ਼ ਆਵੇਗੀ ਕੀ ਕਹਿਣਾ ਚਾਹੁੰਦੇ ਹੋ ਦੇ ਬਾਰੇ ਹਾਂ ਰੀਮਾ ਇਹਦੇ ਬਾਰੇ ਤਾਂ ਇਹੀ ਗੱਲ ਹੈ ਵੀ ਹੁਣ ਲੋਕਾਂ ਦੇ ਵਿੱਚ ਜਿਹੜਾ ਕਰੋਨਾ ਰੋਕੂ ਟੀਕਾ ਲਗਾਇਆ ਜਾ ਰਿਹਾ ਜੀ ਇਹਦੇ ਵਿੱਚ ਉਹਨਾਂ ਦਾ ਵਿਸ਼ਵਾਸ ਵਧਿਆ ਕੱਲ ਹੀ 6 ਲੱਖ ਦੇ ਕਰੀਬ ਜਿਹੜਾ ਲੋਕਾਂ ਦੇ ਸਾਡੇ ਦੇਸ਼ ਦੇ ਵਿੱਚ ਟੀਕਾ ਲੱਗਿਆ ਜੀ ਤੇ ਇਹ ਇਸ ਤੋਂ ਵਧੀਆ ਗੱਲ ਹੋਰ ਵੀ ਆ ਵੀ 50 ਲੱਖ ਤੋਂ ਵੱਧ ਜਿਹੜਾ ਇਹਨਾਂ ਨੇ ਪੋਰਟਲ ਬਣਾਇਆ ਉਹਦੇ ਵਿੱਚ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਆ ਸੋ ਸਭ ਤੋਂ ਪਹਿਲਾਂ ਤਾਂ ਵਿਸ਼ਵਾਸ ਵਧਣ ਦਾ ਕਾਰਨ ਇਹ ਆ ਵੀ ਸਾਡੇ ਜਦੋਂ ਇਹ ਟੀਕਾ ਕਰਨ ਦਾ ਦੂਜਾ ਦੌਰ ਸ਼ੁਰੂ ਹੋਇਆ ਤਾਂ ਉਹਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਹੋਰਾਂ ਨੇ ਸਭ ਤੋਂ ਪਹਿਲਾਂ ਜਿਹੜਾ ਟੀਕਾ ਲਗਾਇਆ ਉਸ ਤੋਂ ਬਾਅਦ ਅਸੀਂ ਦੇਖ ਰਿਹਾ ਹਾਂ ਵੀ ਕੱਲ ਮੰਗਲਵਾਰ ਨੂੰ ਸਾਡੇ ਜਿਹੜੇ ਸਿਹਤ ਮੰਤਰੀ ਨੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਤੇ ਉਹਨਾਂ ਦੀ ਘਰ ਵਾਲੀ ਨੇ ਉਹਨਾਂ ਨੇ ਟੀਕਾ ਲਵਾਇਆ ਫਿਰ ਅਸੀਂ ਦੇਖ ਰਿਹਾ ਹਾਂ ਵੀ ਸਾਡੇ ਬਹੁਤ ਸਾਰੇ ਮੰਤਰੀ ਬਹੁਤ ਸਾਰੇ ਮੁੱਖ ਮੰਤਰੀ ਰਾਜਾਂ ਦੇ ਸਾਰਿਆਂ ਨੇ ਇਹ ਟੀਕਾ ਕਰਨ ਮਹਿੰਮ ਦੇ ਵਿੱਚ ਸ਼ਾਮਲ ਹੋ ਗਿਆ ਤੇ ਲੋਕਾਂ ਦਾ ਇੱਕ ਵਿਸ਼ਵਾਸ ਵਧਿਆ ਹੁਣ ਜਿਹੜੀ ਇਹ ਇਸ ਤਰ੍ਹਾਂ ਦੀ ਜਿਹੜੀ ਲੋਕਾਂ ਦੇ ਵਿੱਚ ਟੀਕਾ ਕਾਰਡ ਬਾਰੇ ਬਹੁਤ ਸ਼ਾ ਜਜਵਾ ਜਿਹੜਾ ਹੈਗਾ ਉਹ ਸੀ ਦੇਖ ਰਿਹਾ ਇਸ ਤੋਂ ਪਹਿਲਾਂ ਥੋੜੀ ਜੀਆਂ ਇਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਗਲਤ ਫਹਿਮੀਆਂ ਜਿਹੀਆਂ ਪੈ ਗਈਆਂ ਸੀ ਉਹ ਹੁਣ ਕਾਫੀ ਹੱਦ ਤੱਕ 99% ਤੱਕ ਦੂਰ ਹੋ ਚੁੱਕੀਆਂ ਨੇ ਕਿਉਂਕਿ ਦੇਖੋ ਟੀਕਾ ਕਰਨਾ ਹੀ ਇੱਕ ਹੱਲ ਆ ਕਿਉਂਕਿ ਭਾਰਤ ਆ ਜਿਹੜੀ ਇਹ ਦੇਸੀ ਵੈਕਸੀਨ ਆ ਇਹ ਨੂੰ ਪਹਿਲਾਂ-ਪਹਿਲਾਂ ਸ਼ੁਰੂ-ਸ਼ੁਰੂ ਕਿਹਾ ਗਿਆ ਸੀ ਵੀ ਸ਼ਾਇਦ ਕੋਈ ਗੜਬੜ ਹੋ ਜਾਈ ਪਰ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਤੇ ਇਸ ਦੇ ਲੋਕਾਂ ਦਾ ਬਹੁਤ ਵਿਸ਼ਵਾਸ ਵਧਾਇਆ ਹੁਣ ਤਾਂ ਅਸੀਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਰਾਜਾਂ ਦੇ ਵਿੱਚ ਹਾਲਾਂਕਿ ਇਹ ਨਹੀਂ ਅਸੀਂ ਕਹਿ ਸਕਦੇ ਵੀ ਇਹ ਜਿਹੜਾ ਹੈਗਾ ਕਰੋਨਾ ਜਿਹੜਾ ਹੈਗਾ ਬਿਲਕੁਲ ਖਤਮ ਹੋ ਚੁੱਕਿਆ ਹੁਣ ਕੱਲ ਇੱਕ ਮੀਟਿੰਗ ਹੋਈ ਆ ਜਿਹੜੀ WHO ਜਿਹੜੀ World Health Organization ਆ ਉਹਦੇ ਜਿਹੜੇ ਐਮਰਜੈਂਸੀ ਵਿਭਾਗ ਦੇ ਜਿਹੜੇ ਪ੍ਰੋਗਰਾਮ ਡਾਇਰੈਕਟਰ ਨੇ ਡਾਕਟਰ ਮਾਈਕਲ ਰਿਆਨਾ ਰਿਆਨ ਉਹਨੇ ਕੱਲ ਕਿਹਾ ਹੈਗਾ ਵੀ ਇਹ ਕਰੋਨਾ ਠੀਕ ਆ ਟੀਕਾਕਰਨ ਬਹੁਤ ਕਾਮਯਾਬ ਖਾਸ ਕਰਕੇ ਭਾਰਤ ਦੀ ਵੀ ਉਹਨੇ ਗੱਲ ਕੀਤੀ ਹੋਰ ਦੇਸ਼ਾਂ ਦੇ ਵਿੱਚ ਵੀ ਗੱਲ ਕੀਤੀ ਤੇ ਵੀ ਅਜੇ ਇਹਨੇ ਕਰੋਨਾ ਨੇ ਖਤਮ ਨਹੀਂ ਹੋਣਾ ਕਿਉਂਕਿ ਜਿਹੜਾ ਹੈਗਾ ਪਹਿਲਾਂ ਗੱਲ ਕੀਤੀ ਸੀ ਦਸੰਬਰ 2021 ਤੱਕ ਸ਼ਾਇਦ ਇਸ ਜਿਹੜੇ ਸਾਲ ਦੇ ਅੰਤ ਤੱਕ ਕਰੋਨਾ ਪੂਰਨ ਰੂਪ ਚ ਖਤਮ ਹੋ ਜਾਊਗਾ ਪਰ ਉਹ ਕਹਿੰਦੇ ਵੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਈ ਦੇਸ਼ਾਂ ਦੇ ਵਿੱਚ ਇਰਾਨ ਵਰਗੇ ਦੇਸ਼ਾਂ ਦੇ ਵਿੱਚ ਜਿਹੜੀ ਹੈਗੀ ਚੌਥਾ ਫੇਜ਼ ਵੀ ਜਿਹੜਾ ਆ ਉਹ ਸ਼ੁਰੂ ਹੋ ਗਿਆ ਹੋਰ ਦੇਖੋ ਸਾਡੇ ਵੀ 4 ਦਿਨ ਪਹਿਲਾਂ ਥੋੜੇ ਜਿਹੇ ਜ਼ਿਆਦਾ ਬਰੀਜ਼ ਆਉਂਦੇ ਰਹੇ ਹੁਣ ਕੱਲ ਫੇਰ ਜਿਹੜੀ ਘਟੇ ਆ ਹੁਣ ਕੱਲ ਜਿਹੜੇ ਹੈਗੇ ਦੇਸ਼ ਦੇ ਵਿੱਚ 12 ਹਜ਼ਾਰ ਜਿਹੜੇ ਹੈਗੇ 12286 ਕੇਸ ਜਿਹੜੇ ਆ ਗਏ ਕੱਲ ਸਾਹਮਣੇ ਆਏ ਨੇ ਤੇ 91 ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ ਨੇ ਸੋ ਅਦੇ ਵੀ ਸਾਨੂੰ ਜ਼ਰੂਰ ਤੇਹੀ ਆ ਵੀ ਅਸੀਂ ਸਾਰੇ ਟੀਕਾ ਲਵਾਈਏ ਹੁਣ ਦੇਖੋ ਇਹ ਨਾ ਨਹੀਂ ਕਿ ਸਰਕਾਰ ਨੇ ਐਲਾਨ ਕੀਤਾ ਵੀ ਪਹਿਲਾਂ ਜਿਹੜੇ ਹੈਗੇ ਆ ਵੀ 45 ਸਾਲ ਤੋਂ ਜਿਹੜੇ 60 ਸਾਲ ਦੀ ਉਪਰ ਦੇ ਵਿਚਕਾਰ ਲੋਕ ਉਹਦੇ ਆ ਜਿਹੜੇ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਨੇ ਉਹ ਟੀਕਾ ਜਿਹੜਾ ਹੈਗਾ ਜਰੂਰ ਲਵਾਉਣ ਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਸਾਰਿਆਂ ਲਈ ਕੰਪਲਸਰੀ ਕੀਤਾ ਵੀ ਜਿੰਨੇ ਵੀ 60 ਸਾਲ ਦੀ ਉਮਰ ਤੋਂ ਉੱਪਰ ਬਜ਼ੁਰਗ ਦੇ ਮਾਤਾ ਨੇ ਜਾ ਜੋ ਵੀ ਨੇ ਉਹ ਉਹਨਾਂ ਦੇ ਲਈ ਵੀ ਇਹ ਟੀਕਾਕਰਨ ਹੈਗਾ ਜ਼ਰੂਰੀ ਆ ਹੁਣ ਤਾਂ ਮੈਂ ਦੇਖ ਰਿਹਾ ਸੀ ਵੀ ਕਈ ਰਾਜਾਂ ਦੇ ਵਿੱਚ ਲੋਕ ਜਿਹੜੇ ਆ ਉਹ ਪੂਰੀਆਂ ਲਾਈਨਾਂ ਦੇ ਵਿੱਚ ਖੜ ਕੇ ਜਿਹੜੇ ਟੀਕੇ ਲਵਾ ਰਹੇ ਨੇ ਪਰ ਉਹਨਾਂ ਨੇ ਸਰਕਾਰ ਨੇ ਫਿਰ ਇਹੀ ਕਿਹਾ ਵੀ ਇਹ ਜਿਹੜੀ ਤੁਸੀਂ ਜਿਹੜਾ ਲਾਈਨਾਂ ਦੇ ਵਿੱਚ ਲੱਗਨ ਦੀ ਲੋੜ ਨਹੀਂ ਹੈਗੀ ਤੁਸੀਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਓ ਤੇ ਨਾਲ ਆਪਣੇ ਜੋ ਵੀ ਡਾਕੂਮੈਂਟਸ ਨੇ ਜਿਵੇਂ ਆਧਾਰ ਕਾਰਡ ਦੀ ਕਾਪੀ ਜਾਂ ਤੁਹਾਡਾ ਹੋਰ ਰੈਡੀ ਪ੍ਰੂਫ ਉਹ ਨਾਲ ਲੈ ਕੇ ਜਾਓ ਤੇ ਹੁਣ ਕਾਫੀ ਮੁਹਿੰਮ ਚੱਲ ਰਹੀ ਆ ਅਸੀਂ ਦੇਖਿਆ ਵੀ ਪੰਜਾਬ ਦੇ ਵਿੱਚ ਵੀ ਲੋਕ ਜਿਹੜੇ ਆ ਕਾਫੀ ਸੁਚੇਤ ਹੋਏ ਨੇ ਅਸੀਂ ਪਹਿਲਾਂ ਦੇਖਿਆ ਸੀ ਫਿਰ ਹੈਲਥ ਵਰਕਰਾਂ ਨੇ ਟੀਕਾ ਲਗਾਇਆ ਸੀ ਫਿਰ ਵਾਰੀਅਰ ਜਿਹੜੇ ਬੂਰੇ ਜੰਗ ਲੜ ਰਹੇ ਸੀ ਉਹਨਾਂ ਦੇ ਟੀਕਾ ਲੱਗੇ ਸੀ ਤੇ ਹੁਣ ਤਾਂ ਲੋਕਾਂ ਦੇ ਵਿੱਚ ਆਪ ਬੁਹਾ ਰਹੇ ਜਿਹੜਾ ਇਸ ਤਰ੍ਹਾਂ ਦਾ ਉਹ ਸ਼ਾਹ ਦੇਖਣ ਨੂੰ ਆਇਆ ਜਿਹੜੀ ਕਿ ਬਹੁਤ ਵਧੀਆ ਗੱਲ ਆ ਕਿਉਂਕਿ ਇਹਦੇ ਵਿੱਚ ਰੀਮਾ ਇਹ ਆ ਵੀ ਕੁਝ ਲੋਕਾਂ ਜਿਹੜੇ ਹੁਣ ਪਿੱਛੇ ਜੇ ਕੇਸ ਵਧੇ ਸੀ ਉਹਨਾਂ ਨੇ ਥੋੜੀ ਜਿਹੀ ਲਾਪਰਵਾਹੀ ਵਰਤਣੀ ਸ਼ੁਰੂ ਕਰ ਦਿੱਤੀ ਸੀ ਨਾ ਤਾਂ ਉਹ ਮਾਸਕ ਲਗਾ ਰਹੇ ਸੀ ਨਾ ਉਹ ਜਿਹੜੀ ਸੋਸ਼ਲ ਡਿਸਟੈਂਸਿੰਗ ਵਾਲੀ ਥਿਊਰੀ ਆ ਉਹਦੇ ਉੱਪਰ ਜਿਹੜੀ ਹੈਗਾ ਚੱਲ ਰਹੀ ਸੀ ਨਾ ਹੀ ਉਹ ਜਿਹੜੇ ਆਪਣੇ ਹੱਥ ਜਾਂ ਮੂੰਹ ਨੂੰ ਸੈਨੀਟਾਈਜ਼ ਕਰਦੇ ਸੀ ਸੋ ਇਸ ਕਰਕੇ ਥੋੜਾ ਜਿਆਦਾ ਤੇ ਇਕੱਠ ਵੀ ਹੋਣ ਲੱਗੇ ਸੀ ਉਹ ਦੇਖਿਆ ਵੀ ਪੰਜਾਬ ਦੇ ਵਿੱਚ ਵੀ ਥੋੜਾ ਜਿਆਦਾ ਇਹਨਾਂ ਨੇ ਰੋਕਾਂ ਲਾਈਆਂ ਨੇ 1 ਮਾਰਚ ਤੋਂ ਜਿਵੇਂ ਪਹਿਲਾਂ ਜੀ ਦਾ ਅੰਦਰ ਇਕੱਠ ਕਰਨਾ ਹੈਗਾ ਉਹ 100 ਬੰਦਿਆਂ ਦਾ ਹੋਊਗਾ ਜੇ ਤੁਸੀਂ ਬਾਹਰ ਕੋਈ ਇਕੱਠ ਕਰਨਾ ਹੈਗਾ 200 ਬੰਦਿਆਂ ਦਾ ਆਊਗਾ ਹੁਣ ਅਸੀਂ ਇਹ ਵੀ ਦੇਖਿਆ ਵੀ ਕੁਝ ਸਕੂਲਾਂ ਦੇ ਵਿੱਚ ਜੇ ਮੈਂ ਕਰਨਾਲ ਦੇ ਇੱਕ ਸਕੂਲ ਦੇ ਹੋਸਟਲ ਦੀ ਗੱਲ ਕਰਾਂ ਉੱਥੇ ਕੱਲ 54 ਬੱਚਿਆਂ ਨੂੰ ਵਿਦਿਆਰਥੀਆਂ ਨੂੰ ਜਿਹੜਾ ਹੈਗਾ ਕਰੋਨਾ ਪੋਜ਼ਿਟਿਵ ਦੀ ਰਿਪੋਰਟ ਆਈ ਹੈ ਸੋ ਸਾਨੂੰ ਅਜੇ ਵੀ ਸੰਭਲਣ ਦੀ ਲੋੜ ਆ ਸਚੇਤ ਹੁੰਦੀ ਲੋੜ ਆ ਬਹੁਤ ਜਿਆਦਾ ਲੋੜ ਆ ਜੇ ਅਸੀਂ ਲਾਪਰਵਾਹੀ ਕਰਾਂਗੇ ਤਾਂ ਫਿਰ ਮਾਈਕਲ ਜਿਹੜਾ ਰਿਆਨ ਜਿਹੜੇ ਸਾਡੇ WHO ਦੇ ਡਾਇਰੈਕਟਰ ਨੇ ਐਮਰਜੈਂਸੀ ਵਾਗਦੇ ਤਾਂ ਉਹਨਾਂ ਦੀ ਗੱਲ ਸਹੀ ਆ ਵੀ ਇਹ ਜਿਹੜਾ ਕਰੋਨਾ ਨਹੀਂ ਖਤਮ ਨਹੀਂ ਹੋਣਾ ਸੋ ਕਰੋਨਾ ਰੋਕੂ ਟੀਕਾ ਜਿਹੜਾ ਹੈਗਾ ਮੁਹਿੰਮ ਜਿਹੜੀ ਆ ਉਹ ਜੋਰ ਫੜਦੀ ਜਾ ਰਹੀ ਹੈ ਤੇ ਉਹਨਾਂ ਵਾਲੇ ਦਿਨਾਂ 'ਚ ਦੇਖੋਗੇ ਤੁਸੀਂ ਅ ਬਹੁਤ ਸਾਰੇ ਕਿਉਂਕਿ ਹੁਣ ਤੱਕ ਜਿਹੜੇ ਹੈਗਾ 1 ਕਰੋੜ 54 ਲੱਖ ਲੋਕ ਜਿਹੜੇ ਭਾਰਤ ਦੇ ਨੇ ਉਹ ਟੀਕਾ ਲਗਾ ਚੁੱਕੇ ਨੇ ਜੀ ਰਾਜਨੀਤੀ ਦੀ ਗੱਲ ਕਰੀਏ ਤਾਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਰਾਹੁਲ ਗਾਂਧੀ ਨੇ ਇੱਕ ਬਿਆਨ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਐਮਰਜੈਂਸੀ ਲਾਉਣਾ ਕਾਂਗਰਸ ਦੀ ਇੱਕ ਬਹੁਤ ਵੱਡੀ ਗਲਤੀ ਸੀ ਕਿਵੇਂ ਵੇਖਦੇ ਹੋ ਇਸ ਬਿਆਨ ਨੂੰ ਤੁਸੀਂ ਕੱਲ ਜਿਹੜੇ ਸਾਡੇ ਰਾਹੁਲ ਗਾਂਧੀ ਨੇ ਕਾਂਗਰਸ ਦੇ ਨੇਤਾ ਨੇ ਜੀ ਜਿਹੜੇ ਪਹਿਲਾਂ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇੱਕ ਇੰਟਰਵਿਊ ਜਿਹੜੀ ਆ ਉਹਨਾਂ ਨੇ ਇੱਕ ਕੋਸ਼ਕ 바ਸੂ ਜਿਹੜੇ ਸਾਡੇ ਸਾਬਕਾ ਜਿਹੜੇ ਭਾਰਤੀ ਆਰਥਿਕ ਸਲਾਹਕਾਰ ਵੀ ਰਹੇ ਨੇ ਉਹਨਾਂ ਦੇ ਨਾਲ ਕੱਲ ਪਹਿਲੀ ਵਾਰ ਉਹਨਾਂ ਨੇ ਬੰਦਿਆ ਦੇਸ਼ ਦੇ ਵਿੱਚ ਜਿਹੜੀ ਜਦੋਂ ਐਮਰਜੈਂਸੀ ਲੱਗੀ ਸੀ ਤਾਂ ਇਹ ਸਾਡੀ ਗਲਤੀ ਸੀ ਕਿਉਂਕਿ ਸਾਨੂੰ ਪਤਾ ਹੈਗਾ ਰੀਮਾ ਵੀ ਜਦੋਂ 25 ਜੂਨ 1975 ਨੂੰ ਇਹ ਐਮਰਜੈਂਸੀ ਦੇਸ਼ ਦੇ ਵਿੱਚ ਲਾਈ ਸੀ ਅੰਦਰੂਨੀ ਐਮਰਜੈਂਸੀ ਇਸ ਤੋਂ ਪਹਿਲਾਂ ਤਾਂ ਵਿਤੀ ਐਮਰਜੈਂਸੀ ਲੱਗਦੀਆਂ ਰਹੀਆਂ ਨੇ ਦੇਸ਼ ਦੇ ਵਿੱਚ ਕਿਉਂਕਿ ਤਿੰਨ ਤਰ੍ਹਾਂ ਦੀ ਐਮਰਜੈਂਸੀ ਹੁੰਦੀ ਆ ਅੰਦਰੂਨੀ ਬਾਹਰੀ ਤੇ ਜਿਹੜੀ ਵਿਤੀ ਜਦੋਂ ਅੰਦਰੂਨੀ ਲਗੀ ਤਾਂ ਸਾਰੇ ਵਰਡ ਦੇ ਵਿੱਚ ਕੋ ਮੰਤਰੀ ਪਦਰ ਦੇ ਉੱਪਰ ਜਿਹੜੀ ਇਹਦੀ ਨਿੰਦਾ ਹੋਈ ਅਸੀਂ ਦੇਖਿਆ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਗਏ ਕਿਉਂਕਿ ਨਾ ਤਾਂ ਸਾਨੂੰ ਬੋਲਣ ਦਾ ਅਧਿਕਾਰ ਸੀ ਨਾ ਸਾਨੂੰ ਕੋਈ ਗੱਲ ਕਰਨ ਦਾ ਅਧਿਕਾਰ ਸੀ ਸਾਡੀ ਪ੍ਰੈਸ ਦੇ ਉੱਪਰ ਜਿਹੜਾ ਹੈਗਾ ਸਕੰਜਾ ਕੱਸਿਆ ਗਿਆ ਸਾਡੇ ਪ੍ਰੈਸ ਜਿਹੜੇ ਹੈਗੇ ਉਹ ਸੈਂਸਰ ਹੋ ਕੇ ਜਾਂਦੇ ਸੀ ਜਿੰਨੇ ਵੀ ਅਖਬਾਰ ਛਪਦੇ ਸੀ ਇਸ ਤਰ੍ਹਾਂ ਦਾ ਮੌਕਾ ਆ ਗਿਆ ਸੀ ਵੀ ਇਹ ਅਖਬਾਰਾਂ ਪਹਿਲਾਂ ਸੈਂਸਰ ਹੋ ਕੇ ਫਿਰ ਜਾਂਦੀਆਂ ਸੀ ਜੇ ਕੋਈ ਕੋਈ ਇਸ ਤਰ੍ਹਾਂ ਦੀ ਲੱਗੀ ਹੁੰਦੀ ਸੀ ਤਾਂ ਉਹਨੂੰ ਫਟਾਫਟ ਹਟਾਉਣਾ ਪੈਂਦਾ ਸੀ ਤੇ ਉਹ ਖਵਾਰਾਂ ਵਾਲੇ ਜਿਹੜੀਆਂ ਖਵਾਰਾਂ ਨੂੰ ਜਿਹੜੀ ਸਪੇਸ ਆ ਉਹਨੂੰ ਵਾਈਟ ਰੱਖ ਦਿੰਦੇ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਇੱਥੋਂ ਸਰਕਾਰ ਨੇ ਕਢਾਈ ਹੋਈ ਆ ਸੋ ਬੋਲਣ ਚੱਲਣ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਆਜ਼ਾਦੀਆਂ ਤੇ ਇੱਕ ਵਾਰੀ ਸਾਡੀਆਂ ਤੇ ਪੂਰਾ ਜਿਹੜਾ ਗਲਵਾ ਕਾਇਮ ਕੀਤਾ ਗਿਆ ਪਰ ਉਹਦਾ ਨਤੀਜਾ ਇਹ ਹੋਇਆ ਵੀ ਦੇਸ਼ ਦੇ ਵਿੱਚ ਜਦੋਂ 1977 ਦੇ ਵਿੱਚ ਸਰਕਾਰ ਆਈ ਤਾਂ ਪਹਿਲੀ ਵਾਰ ਗੈਰ ਕਾਂਗਰਸੀ ਸਰਕਾਰ ਜਿਹੜੀ ਆ ਵਰਾਰਜੀ ਦੇ ਸਾਈਜ਼ ਦੀ ਪ੍ਰਧਾਨਗੀ ਹੇਟ ਜਿਹੜੀ ਜਦੋਂ ਪ੍ਰਧਾਨ ਮੰਤਰੀ ਬਣੇ ਉਹਨਾਂ ਦੀ ਪਹਿਲੀ ਪਹਿਲੀ ਸਰਕਾਰ ਸੀ 1977 ਦੇ ਵਿੱਚ ਆਈ ਐਮਰਜੈਂਸੀ ਤੋਂ ਬਾਅਦ ਕਿਉਂਕਿ 2 ਸਾਲਾਂ ਦੇ ਵਿੱਚ ਐਮਰਜੈਂਸੀ ਹਟਾਈ ਗਈ ਐ ਜਦੋਂ ਆਮ ਚੋਣਾਂ ਹੋਈਆਂ ਤਾਂ ਆਮ ਚੋਣਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਇਹ ਸਾਰੀਆਂ ਹੀ ਜਿਹੜੀਆਂ ਹੈਗੀਆਂ ਬਹੁਤ ਹੀ ਮжоਰਿਟੀ ਥੰਭੇ ਮжоਰਿਟੀ ਜਿਹਨੂੰ ਆਪਾਂ ਪੂਰਾ ਮжоਰਿਟੀ ਦੇ ਨਾਲ ਆਈਆਂ ਤੇ ਪਹਿਲੀ ਵਾਰ ਗੈਰ ਕਾਂਗਰਸੀ ਜਿਹੜਾ ਹੈਗਾ ਕੋਈ ਪ੍ਰਧਾਨ ਮੰਤਰੀ ਬਣਿਆ ਤੇ ਇਹਦੇ ਵਿੱਚ ਮੈਂ ਹੋਰ ਵੀ ਗੱਲ ਕਰਾਂਗਾ ਜਿਹੜੇ ਉਸ ਟਾਈਮ ਇਸ ਮੂਵਮੈਂਟ ਦੇ ਵਿੱਚ ਕੁਦਦੇ ਜੀ ਜੇ ਵੀ ਮੈਂ ਗੱਲ ਕਰਾਂ ਬਿਹਾਰ ਦੇ ਮੁੱਖ ਮੰਤਰੀ ਨितीश ਕੁਮਾਰ ਦੀ ਗੱਲ ਕਰਾਂ ਆ ਪਾਸਵਾਨ ਉਹਨਾਂ ਦੀ ਗੱਲ ਕਰਾਂ ਮੈਂ ਸ਼ਰਦ ਯਾਦਵ ਦੀ ਗੱਲ ਕਰਾਂ ਸ਼ਰਦ ਪੁਵਾਰ ਦੀ ਗੱਲ ਕਰਾਂ ਇੱਥੋਂ ਤੱਕ ਲਾਲੂ ਪਸ਼ਾ ਯਾਦਵ ਜਿਹੜਾ ਹੋਰ ਬਹੁਤ ਸਾਰੇ ਲੀਡਰ ਇਹ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਕਾਲਜ ਸਟੂਡੈਂਟ ਸੀ ਜੀ ਤੇ ਬਾਅਦ ਦੇ ਵਿੱਚ ਆ ਕੇ ਦੇਖੋ ਇਹਨਾਂ ਨੇ ਜਦੋਂ ਇਹ ਮੂਵਮੈਂਟ ਦੇ ਵਿੱਚ ਜੇਪੀ ਮੂਵਮੈਂਟ ਚੱਲੀ ਸੀ ਉਦੋਂ ਜੈ ਪ੍ਰਕਾਸ਼ ਨਰੈਣ ਮੂਵਮੈਂਟ ਚੱਲੀ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਹੈਗਾ ਦੇਸ਼ ਸਾਰਾ ਜੇਪੀ ਨਰੈਣ ਦੇ ਜਿਹੜੇ ਹੈਗਾ ਉਹਨਾਂ ਦੀ ਅਗਵਾਈ ਦੇ ਵਿੱਚ ਲੜਿਆ ਸੀ ਸੋ ਇਸ ਕਰਕੇ ਜਦੋਂ ਹੈਗਾ ਵੀ ਹੁਣ ਕਾਂਗਰਸ ਨੇ ਤਾਂ ਕਦੇ ਵੀ ਇਹ ਗੱਲ ਮੰਨੀ ਨਹੀਂ ਹੈਗੀ ਨਾ ਤਾਂ ਕਦੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਇਹ ਗੱਲ ਹੈ ਮੰਨੀ ਸੀ ਵੀ ਦੇਸ਼ ਵਿੱਚ ਐਮਰਜੈਂਸੀ ਲਾਉਣਾ ਗਲਤੀ ਸੀ ਪਰ ਇਹਨਾਂ ਦੀ ਆਲੋਚਨਾ ਬਹੁਤ ਹੋਈ ਸੀ ਪੰਜਾਬ ਦੇ ਵਿੱਚ ਇੱਕ ਧਰਮ ਯੁੱਧ ਮੋਰਚਾ ਚੱਲਿਆ ਸੀ ਲੱਖ ਇਹ ਲੋਕ ਜਿਹੜੇ ਹੈਗੇ ਆ ਉਹ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਜੇਲ੍ਹਾਂ ਭਰ ਦਿੱਤੀ ਸੀ ਮੈਨੂੰ ਯਾਦ ਆ ਵੀ ਜਿੰਨੇ ਵੀ ਸਟੂਡੈਂਟਸ ਜਿੰਨੇ ਵੀ ਖਾਸ ਕਰਕੇ ਜੇ ਮੈਂ ਗੱਲ ਕਰਾਂ ਸ਼ਰੂਮਣੀ ਅਕਾਲੀ ਦਲ ਦੀ ਗੱਲ ਕਰਾਂ ਤਾਂ ਇਹਨਾਂ ਨੇ ਸੰਤ ਲੰਗੋਵਾਲ ਦੇ ਪ੍ਰਧਾਨਗੀ ਅਧੀਨ ਪੰਜਾਬ 'ਚ ਮੋਰਚਾ ਚੱਲਿਆ ਸੀ ਤੇ ਕਿਹਾ ਇਹ ਜਾਂਦਾ ਸੀ ਵੀ ਪੰਜਾਬ ਦੇ ਵਿੱਚੋਂ ਐਮਰਜੈਂਸੀ ਦੇ ਵਿਰੁੱਧ ਜਿਹੜੀ ਆਵਾਜ਼ ਉੱਠੀ ਆ ਤੇ ਉਹੀ ਦੇਸ਼ ਦੇ ਵਿੱਚ ਫੈਲੀ ਆ ਸੋ ਇਸ ਕਰਕੇ ਜਿਹੜਾ ਹੁਣ ਰਾਹੁਲ ਗਾਂਧੀ ਉਹਨਾਂ ਦਾ ਇਹ ਮੰਨਣਾ ਬੀ ਇਹ ਜਿਹੜੀ ਐਮਰਜੈਂਸੀ ਲਾਈ ਆ ਉਹ ਗਲਤੀ ਸੀ ਤੇ ਕਿਸੇ ਨਾ ਕਿਸੇ ਹੱਦ ਤੱਕ ਗਲਤੀ ਵੀ ਸੀ ਕਿਉਂਕਿ ਇਹਨੂੰ ਇਸੇ ਕਰਕੇ ਜਿਹੜਾ ਕਾਂਗਰਸ ਦਾ ਅਸੀਂ ਦੇਖ ਰਿਹਾ ਵੀ ਹੁਣ ਜਿਹੜਾ ਗਰਾਫ ਆ ਅਜੇ ਤੱਕ ਉਹ ਉਸ ਗਲਤੀ ਦਾ ਅਜੇ ਤੱਕ ਵੀ ਇੱਕ ਖਮਿਆਜ਼ਾ ਜਿਹੜਾ ਆ ਉਹਪੁੱਗਤ ਰਹੇ ਤੁਸੀਂ ਗ੍ਰਾਫ ਦੀ ਗੱਲ ਕੀਤੀ ਹੈ ਕਾਂਗਰਸ ਦੀ ਔਰ ਇੱਕ ਹੋਰ ਰੇੜਕਾ ਕਾਂਗਰਸ ਦੇ ਵਿੱਚ ਸਾਹਮਣੇ ਆਇਆ ਹੈ ਉਹ ਇਸ ਤਰ੍ਹਾਂ ਹੈ ਕਿ ਕਾਂਗਰਸ ਦੇ ਵਿੱਚ ਹੀ ਜੰਮੂ ਕਸ਼ਮੀਰ ਦੀ ਗੱਲ ਕਰੀਏ ਤੇ ਸੀਨੀਅਰ ਨੇਤਾ ਨੇ ਗੁਲਾਮ ਨਬੀ ਆਜ਼ਾਦ ਉਹਨਾਂ ਨੂੰ ਰੋਧ ਦਾ ਸਾਹਮਣਾ ਕਰਨਾ ਪਿਆ ਆਪਣੀ ਹੀ ਪਾਰਟੀ ਦੇ ਨੇਤਾਵਾਂ ਵੱਜੋਂ ਇਹਦੇ ਨਾਲ ਜੰਮੂ ਕਸ਼ਮੀਰ ਦੀ ਜਿਹੜੀ ਰਾਜਨੀਤੀ ਉਹਦੇ 'ਚ ਕੀ ਪ੍ਰਭਾਵ ਪਵੇਗਾ ਇਸ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਵੀ ਕੁਝ ਦਿਨ ਪਹਿਲਾਂ ਹੀ ਜਿਹੜੇ ਗੁਲਾਮ ਨਵੀਂ ਆਜ਼ਾਦ ਹੋਣੀ ਰਾਜ ਸਭਾ ਦੇ ਵਿੱਚੋਂ ਜਿਹੜੇ ਹੈਗੇ ਸੇਵਾ ਮੁਕਤ ਹੋਏ ਨੇ ਰਿਟਾਇਰ ਹੋਏ ਨੇ ਤੇ ਜਦੋਂ ਰਾਜ ਸਭਾ ਦੇ ਵਿੱਚ ਰਿਟਾਇਰ ਹੋਏ ਆ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਉਹਨਾਂ ਦੀ ਜਮ ਕੇ ਜਿਹੜੀ ਆ ਰਾਜ ਸਭਾ ਦੇ ਵਿੱਚ ਤਾਰੀਫ ਕੀਤੀ ਉਹਨਾਂ ਨੇ ਅੱਖਾਂ ਇੱਥੋਂ ਤੱਕ ਵੀ ਅੱਖਾਂ ਵੀ ਭਰ ਲਿਆ ਤੇ ਇਹਦੇ ਕਈ ਲੋਕਾਂ ਨੇ ਜਿਹੜੀਆਂ ਰਾਸੀ ਪਾਰਟੀਆਂ ਨੇ ਉਹਨਾਂ ਨੇ ਕੋਈ ਹੋਰ ਵੀ ਇਹਦੇ ਮੀਨਿੰਗ ਜਿਹੜੇ ਅਰਥ ਕੱਢੇ ਉਸ ਤੋਂ ਬਾਅਦ ਜਿਹੜੇ ਹੈਗੇ ਆ ਸਾਡੇ ਗੁਲਾਮ ਨਵੀ ਯਾਦੋਂ ਨਹੀਂ ਇਹ ਜੰਮੂ ਹੁੰਦੇ ਆ ਸ਼ੁੱਕਰਵਾਰ ਨੂੰ ਇਹਨਾਂ ਨੇ ਇੱਕ ਉਥੇ ਮੀਟਿੰਗ ਕੀਤੀ ਆ ਜਿਹਦੇ ਵਿੱਚ ਜੀ 23 ਇਹ ਜੀ 23 ਉਹ ਲੋਕ ਸੀ ਜਿਨ੍ਹਾਂ ਨੇ ਅਗਸਤ ਮਹੀਨੇ ਚ ਪਿਛਲੇ ਸਾਲ ਜਿਹੜੇ ਆ ਇੱਕ ਸਾਡੇ ਕਾਂਗਰਸ ਦੇ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਇੱਕ ਲੈਟਰ ਲਿਖੀ ਸੀ ਲੈਟਰ ਦੇ ਵਿੱਚ ਇਹ ਕਿਹਾ ਸੀ ਵੀ ਕਾਂਗਰਸ ਨੂੰ ਇਸ ਟਾਈਮ ਜਿਹੜਾ ਹੈਗਾ ਕਿਸੇ ਸਥਾਈ ਪਰ ਤਾਂ ਦੀ ਲੋੜਾ ਕਿਉਂਕਿ ਉਹਨੇ ਇਹਨਾਂ ਸਾਰਿਆਂ ਨੂੰ ਹੀ ਬਾਗੀ ਕਿਹਾ ਗਿਆ ਜਿਨ੍ਹਾਂ ਦੇ ਵਿੱਚ ਉਹ ਆਪਾਂ ਅਜਾਦ ਸਾਹਿਬ ਸੀ ਕਪਲ ਸਿੱੱਬਲ ਸੀ ਭੁਪਿੰਦਰ ਸਿੰਘ ਹੁੱਡਾ ਸੀ ਮਨੀਸ਼ ਤਿਵਾੜੀ ਸੀ ਤੇ ਹੋਰ ਬਹੁਤ ਸਾਰੇ ਜਿਹੜੇ ਆ ਰਾਸਵਾ ਦੇ ਰਾਜ ਬੱਬਰ ਵਗੈਰਾ ਵੀ ਸੀ ਤੇ ਇਹਨਾਂ ਦੇ ਵਿੱਚ ਉਹ ਹੋਰ ਵੀ ਬਹੁਤ ਸਾਰੇ ਰਾਸਵਾ ਦੇ ਮੈਂਬਰ ਸੀ ਸੋ ਕੱਲ ਇਹ 23 ਦੇ 23 ਜਦੋਂ ਇਹ ਮੈਂਬਰ ਆਏ ਤਾਂ ਇਹਨਾਂ ਨੇ ਹੁਣ ਕਿਹਾ ਹੈ ਉਹਨਾਂ ਨੇ ਫੇਰ ਪ੍ਰਧਾਨ ਮੰਤਰੀ ਦੀ ਤਾਰੀਫ ਕੀਤੀ ਗੁਲਾਮ ਨਵੀ ਆਜ਼ਾਦ ਉਹਨਾਂ ਦਾ ਕਹਿਣਾ ਸੀ ਵੀ ਪ੍ਰਧਾਨ ਮੰਤਰੀ ਦੀ ਮੈਨੂੰ ਇੱਕ ਗੱਲ ਬੜੀ ਵਧੀਆ ਲੱਗਦੀ ਆ ਵੀ ਉਹ ਹਮੇਸ਼ਾ ਕਹਿੰਦੇ ਵੀ ਮੈਂ ਪਿੰਡ ਨੂੰ ਬਲੋਂਗ ਕਰਦਾ ਵੀ ਮੈਂ ਪਿੰਡ ਨਾਲ ਮੈਂ ਸੋਹਣਦਾ ਮੈਂ ਛੋਟੇ ਹੁੰਦਿਆਂ ਜਿਹੜੀਆਂ ਹੈਗੀਆਂ ਵੀ ਚਾਹ ਦਾ ਵੀ ਕੰਮ ਕੀਤਾ ਮੈਂ ਆਪਣੀ ਸਟਰਗਲ ਕੀਤੀ ਮੈਂ ਇੱਥੇ ਰਿਹਾ ਮੈਂ ਉੱਥੇ ਰਿਹਾ ਵੀ ਜਦੋਂ ਉਹ ਸੱਚ ਬੋਲਦੇ ਆ ਹਾਲਾਂਕਿ ਇਹ ਕਹਿੰਦੇ ਵੀ ਮੇਰੀ ਉਹਨਾਂ ਨਾਲ ਕੋਈ ਇੰਨੀ ਸਾਂਝ ਨਹੀਂ ਹੈਗੀ ਪਰ ਇਹ ਨੂੰ ਜਿਹੜੇ ਹੈਗੇ ਹੁਣ ਕਾਂਗਰਸ ਵਾਲਿਆਂ ਦੇ ਗਲੇ ਨਹੀਂ ਉਤਰਦੀ ਇਹ ਗੱਲ ਤਾਂ ਉਹਨਾਂ ਨੇ ਸੱਚੀ ਕੀਤੀ ਆ ਗੁਲਾਮ ਨਵੀ ਜਾਨ ਨੇ ਵੀ ਸਾਨੂੰ ਜੇ ਅਸੀਂ ਸੱਚੇ ਆ ਤਾਂ ਸੱਚੀ ਗੱਲ ਕਰੀਏ ਜੇ ਆਪਾਂ ਝੂਠੇ ਆ ਤਾਂ ਉਹਦਾ ਅਸੀਂ ਆਲੋਚਨਾ ਕਰੀਏ ਉਹ ਕਾਂਗਰਸ ਦਾ ਜਿਹੜਾ ਕਲਚਰ ਆ ਉਹ ਆਲੋਚਨਾ ਕਰਨ ਦਾ ਨਹੀਂ ਹੈਗਾ ਸੋ ਇਸ ਕਰਕੇ ਉਹਨਾਂ ਦੇ ਕੱਲ ਉਹਨਾਂ ਦੇ ਵਿਰੁੱਧ ਮੁਜ਼ਾਰਾ ਹੋਇਆ ਤੇ ਉਹਨਾਂ ਨੂੰ ਹੁਣ ਇਸ ਤਰ੍ਹਾਂ ਦੀ ਹਾਲਾਤ ਨੇ ਵੀ ਪੰਜ ਰਾਜਾਂ ਦੇ ਵਿੱਚ ਜਿਹੜਾ ਇਸ ਸਾਲ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਇਹ ਗੱਲ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੈ ਬਿਲਕੁਲ ਜੀ ਰੋਕ ਕਰ ਲੈਨੇ ਅਗਲੀ ਖਬਰ ਦੇਵਾਂ ਪੰਜਾਬ ਦੀ ਗੱਲ ਕਰੀਏ ਤੇ ਬਜਟ ਸੈਸ਼ਨ ਚੱਲ ਰਹੇ ਹਨ ਔਰ ਉਹਦੇ ਵਿੱਚ ਰਾਜਪਾਲ ਦੇ ਪਾਸ਼ੰ ਤੋਂ ਬਾਅਦ ਸਰਕਾਰ ਤੇ ਵਿਰੋਧੀ ਧਿਰ ਦੋਵਾਂ ਦੇ ਵਿਚਕਾਰ ਤਿੱਖੀ ਬਹਿਸ-ਬਾਜ਼ੀ ਹੋਈ ਹੈ ਔਰ ਇਹ ਆਮ ਤੌਰ ਤੇ ਹੁੰਦਾ ਹੈ ਕਿਵੇਂ ਵੇਖਦੇ ਉਸ ਬਹਿਸ ਨੂੰ ਦੇਖੋ ਪਹਿਲਾਂ ਹੀ ਇਹ ਪਤਾ ਸੀ ਵੀ ਇਹ ਜਿਹੜਾ ਸੈਸ਼ਨ ਆ ਬਜਟ ਸੈਸ਼ਨ ਸਰਕਾਰ ਦਾ ਉਹ ਜਿਹੜਾ ਅਗਰ ਤਮਾਖੇ ਕੇਸ ਰਹੂਗਾ ਕਿਉਂਕਿ ਇਹਦੇ ਵਿੱਚ ਸਾਨੂੰ ਪਤਾ ਸੀ ਵੀ ਵਿਰੋਧੀ ਧਿਰਾਂ ਨੇ ਵੀ ਪੂਰੀ ਤਿਆਰੀ ਕੀਤੀ ਹੋਈ ਆ ਵਿਰੋਧੀ ਧਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਤੇ ਲੋਕ ਇਨਸਾਫ ਪਾਰਟੀ ਆਉਂਦੇ ਆ ਕੱਲ ਵੀਰ ਨੇ ਜਦੋਂ ਧਨਵਾਦ ਮਤੇ ਦੇ ਉੱਪਰ ਗੱਲ ਕਰਨੀ ਤਾਂ ਇਹਨਾਂ ਨੇ ਕਿਹਾ ਵੀ ਦੋ ਦਿਨ ਜਿਹੜੇ ਆ ਉਹ ਤੁਸੀਂ ਕਿਸਾਨਾਂ ਲਈ ਰੱਖੋ ਪਰ ਉਹ ਕਾਂਗਰਸ ਨੇ ਕਿਹਾ ਵੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਬਿਲਾਂ ਦੀ ਹਦਾਇਤ ਕੀਤੀ ਆ ਉਹਨਾਂ ਨੇ ਬੀਬਾ ਹਰਸਿਮਰਤ ਕੌਰ ਦਾ ਨਾਂ ਲਿਆ ਤੇ ਬਹੁਤ ਸਾਰਾ ਜਿਹੜਾ ਹੈਗਾ ਰੋਲਾ ਰਪਾ ਪਿਆ ਪਹਿਲੇ ਦਿਨ ਵੀ ਅਸੀਂ ਦੇਖਿਆ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਸਾਈਕਲਾਂ ਤੇ ਆਏ ਆ ਉਹਨਾਂ ਨੇ ਜਿਹੜੀ ਆ ਉਹਨਾਂ ਨੇ ਕਿਹਾ ਵੀ ਮਹਿੰਗਾਈ ਦੇ ਵਿਰੁੱਧ ਇੱਕ ਤਰ੍ਹਾਂ ਦਾ ਉਹਨਾਂ ਨੇ ਪ੍ਰਦਰਸ਼ਨ ਕੀਤਾ ਸੋ ਇਹ ਸਾਨੂੰ ਪਤਾ ਹੀ ਸੀ ਵੀ ਹੁਣ ਦੇਖੋ 8 ਮਾਰਚ ਨੂੰ ਜਿਹੜਾ ਹੈ ਬਜਟ ਜਿਹੜਾ ਹੈਗਾ ਪੇਸ਼ ਹੋਣ ਜਾ ਰਿਹਾ ਹੈਗਾ ਸੋ ਇਸ ਕਰਕੇ ਜਿਹੜਾ ਹੈਗਾ ਉਹ ਅਗਲੇ ਦਿਨਾਂ 'ਚ ਦੇਖੋਗੇ ਤੁਸੀਂ ਕਿਉਂਕਿ ਇਸ ਟਾਈਮ ਜਿਹੜੀ ਆ ਪੂਰੇ ਦੇਸ਼ ਦੇ ਵਿੱਚ ਜਿਹੜੇ ਕਿਉਂਕਿ ਮਿਸ਼ਨ 2 ਜਿਹੜਾ ਹੈਗਾ ਹੁਣ ਅਸੀਂ ਚਲਾ ਰਹੇ ਹਾਂ ਮਿਸ਼ਨ 2 ਉਹ ਆ ਵੀ ਜਦੋਂ ਨੇ ਵਿਧਾਨ ਸਭਾ ਦੀਆਂ ਚੋਣਾਂ ਸਿਰ ਦੇ ਉੱਪਰ ਨੇ ਹੁਣ ਵੀ ਇਸ ਤਰ੍ਹਾਂ ਦਾ ਆਏਗਾ ਜਿਹੜਾ ਲੋਕ ਪੱਖੀ ਹੋਏਗਾ ਜੀ ਬਿਲਕੁਲ ਜੀ ਖਬਰਾਂ ਦੀ ਸਮਿਖਿਆ ਨੂੰ ਇਥੇ ਸਮੇਟ ਨਾ ਪਵੇਗਾ ਦੁੱਗਲ ਸਾਹਿਬ ਸਾਡੀ ਸਟੂਡੀਓ ਚ ਆਏ ਇੰਨੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ